ਲਾਹ ਦੀ ਬਰਕਤ। ਅੱਜ ਮੈਂ ਬਣਾਵਾਂਗੀ ਰਾਨੀ ਅੰਡੇ ਦੀ ਭੁਜੀਆ। ਰਾਨੀ ਅੰਡੇ ਦੀ ਭੁਜੀਆ ਬਣਾਉਣ ਵਾਸਤੇ ਸਾਨੂੰ ਦੋ ਅੰਡੇ ਚਾਹੀਦੇ ਨੇ, ਇਹਨਾਂ ਨੂੰ ਮੈਂ ਫੈਂਟ ਲਵਾਂਗੀ। ਅੰਡੇ ਮੈਂ ਫੈਂਟ ਲਿੱਤੇ ਨੇ। ਅੱਜ ਚਾਹੀਦਾ ਬਰੀਕ ਕੱਟਿਆ ਆ, ਇੱਕ ਟਮਾਟਰ ਚਾਹੀਦਾ, ਚਮਚ ਹਰਾ ਧਨੀਆ ਚਾਹੀਦਾ, ਇੱਕ ਹਰੀ ਮਿਰਚ, ਚਮਚ ਹਰਾ ਧਨੀਆ ਚਾਹੀਦਾ, ਇੱਕ ਹਰੀ ਮਿਰਚ ਚਾਹੀਦੀ ਕੱਟੀ ਹੋਈ, ਨਮਕ ਚਾਹ ਦਾ ਅੱਧਾ ਚਮਚ ਪਾਵਾਂਗੀ, ਹਲਦੀ ਦੋ ਚੁਟਕੀ ਪਾਵਾਂਗੀ, ਸੁਰਖ ਪਿਸੀ ਮਿਰਚ ਅੱਧਾ ਚਮਚ ਪਾਵਾਂਗੀ, ਤੇਲ ਚਾਰ ਚਮਚ ਪਾਵਾਂਗੀ। ਚਲੋ ਫਿਰ ਬਣਾ ਲਈ। ਫਰਾਈ ਪੈਨ ਮੈਂ ਅੱਗ ਉੱਤੇ ਰੱਖਤਾ, ਹੁਣ ਮੈਂ ਪਾ ਦਾਂਗੀ ਤੇਲ ਬਿਸਮਿਲ੍ਲਾ। ਹੁਣ ਮੈਂ ਪਿਆਜ਼ ਪਾ ਦਾਂਗੀ, ਪਿਆਜ਼ ਥੋੜੇ ਗੁਲਾਬੀ ਹੋ ਗਏ ਨਾ, ਹੁਣ ਟਮਾਟਰ ਪਾ ਦਾਂਗੀ, ਹਰੀ ਮਿਰਚਾਂ ਪਾ ਦਾਂਗੀ, ਹੁਣ ਮੈਂ ਨਮਕ ਮਿਰਚ ਹਲਦੀ ਪਾ ਦਾਂਗੀ ਬਿਸਮਿਲ੍ਲਾ। ਨਮਕ ਮਿਰਚ ਦਾ ਮਸਾਲਾ ਟਮਾਟਰ ਦੇ ਨਾਲ ਭੁੱਜ ਗਿਆ, ਹੁਣ ਮੈਂ ਪਾ ਦਾਂਗੀ ਅੰਡੇ ਬਿਸਮਿਲ੍ਲਾ। ਹੁਣ ਮੈਂ ਭੁੰਨਾਂਗੀ, ਧਨੀਆ ਪਾ ਦਾਂਗੀ। ਤਾਨੀ ਅੰਡੇ ਦੀ ਭੁਜੀਆ ਸਾਡੀ ਤਿਆਰ ਹੋ ਗਈ, ਮਾਸ਼ਾਅੱਲਾ ਬਹੁਤ ਖੁਸ਼ਬੂ ਆ ਰਹੀ। ਹੁਣ ਮੈਂ ਤੁਹਾਨੂੰ ਡਿਸ਼ ਆਊਟ ਕਰਕੇ ਦਿਖਾਉਂਦਾ। ਬੇਟਾ ਜੀ, ਰਾਨੀ ਅੰਡੇ ਦੀ ਭੁਜੀਆ ਮੈਂ ਡਿਸ਼ ਆਊਟ ਕਰਤੀ, ਤੁਸੀਂ ਵੀ ਇਸ ਤਰ੍ਹਾਂ ਬਣਾਉਣਾ। ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।